ਸਰੀ ਗਾਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਆਸ ਕਰਦਾ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਆਪਣੀ ਗੱਲਬਾਤ ਦਾ ਵਿਸ਼ਾ ਰਹੂਗਾ ਅੱਜ ਸਾਈਬਰ ਧੱਕੇਸ਼ਾਹੀ ਸਾਈਬਰ ਬੋਲਿੰਗ ਜਾਂ ਸਾਈਬਰ ਹਰੈਸਮੈਂਟ ਵੈਸੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਆਪ ਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜਮਾਨਾ ਹੈ ਤੇ ਹਰ ਬੰਦੇ ਕੋਲੇ ਅਧਿਕਾਰ ਹੈਗਾ ਕਿ ਉਹ ਆਪਣੇ ਜਿਹੜੇ ਵਿਚਾਰ ਹੈ ਉਹ ਸਾਂਝੇ ਕਰ ਸਕੇ ਲੋਕਾਂ ਨਾਲ ਜੇ ਦੂਜਿਆਂ ਦੇ ਵਿਚਾਰਾਂ ਨਾਲ ਸਹਿਮਤੀ ਜਾਂ ਐਸਮਤੀ ਪ੍ਰਗਟ ਕਰ ਸਕੇ ਚਲ ਇਥੋਂ ਤੱਕ ਤਾਂ ਸਹੀ ਹੋ ਗਿਆ ਗੱਲ ਪਰ ਆਪਣੇ ਸਮਾਜ ਦੇ ਜਾਂ ਆਪਣੇ ਇਸ ਦੁਨੀਆ 'ਚ ਐਜੇ ਬੰਦੇ ਵੀ ਹੈ ਜਿਹੜੇ ਨਹੀਂ ਚਾਹੁੰਦੇ ਕਿ ਦੂਜਾ ਬੰਦਾ ਆਪਣਾ ਪੱਖ ਰੱਖ ਸਕੇ ਜਾਂ ਆਪਣੀਆਂ ਗੱਲਾਂ ਨਾਲ ਦੂਜਾ ਬੰਦਾ ਸਹਿਮ ਐਸਮਤੀ ਪ੍ਰਗਟਾ ਸਕੇ ਤੇ ਜਦੋਂ ਉਹ ਫਿਰ ਉਸ ਚੀਜ਼ ਨੂੰ ਦਬਾਉਣ ਲਈ ਉਸ ਬੰਦੇ ਨੂੰ ਟਾਰਗੇਟ ਕਰਦੇ ਆ ਜਾਂ ਉਸ ਬੰਦੇ ਨੂੰ ਉਹ ਬੰਦੇ ਨੂੰ ਟਾਰਗੇਟ ਕਰਦੇ ਆ ਉਸ ਬੰਦੇ ਨੂੰ ਦਬਾਉਣ ਦੇ ਚੁੱਪ ਕਰਾਉਣ ਲਈ ਉਸਤੇ ਅਟੈਕ ਕਰਦੇ ਆ ਇੱਕ ਬੰਦਾ ਹੋ ਜੇ ਜਾਂ ਇੱਕ ਗਰੁੱਪ ਹੋ ਜੇ ਉਸ ਨੂੰ ਜੇ ਕਿਸੇ ਨੂੰ ਮਾਰੇ ਟੈਕਸਟ ਭੇਜਨੇ ਜਾਂ ਮਾਰੇ ਮੈਸੇਜ ਭੇਜਨੇ ਟਰੋਲ ਕਰਨਾ ਤੇ ਫੋਟੋਆਂ ਐਡਿਟ ਕਰਕੇ ਜਾਂ ਫੋਟੋਆਂ ਭੇਜਣੀਆਂ ਕਿਸੇ ਦੀਆਂ ਉਹਨਾਂ ਨੂੰ ਪਰਿਵਾਰਕ ਤੌਰ ਤੇ ਬਲੈਕਮੇਲ ਕਰਨਾ ਇਹ ਸਾਰਾ ਕੁਝ ਸਾਈਬਰ ਬੋਲਿੰਗ ਵਿੱਚ ਹੀ ਆ ਜਾਂਦਾ ਹੈ ਸਾਈਬਰ ਬੋਲਿੰਗ ਨੂੰ ਆਪਾਂ ਸਾਈਬਰ ਹਰੈਸਮੈਂਟ ਵੀ ਕਹਿ ਸਕਦੇ ਹਾਂ ਲਾਈਕ ਜਿਵੇਂ ਆਪਣਾ ਕੋਈ ਤਕੜਾ ਬੰਦਾ ਸਕੂਲ ਦੇ ਗਾਪਾ ਲਾ ਲੈਣ ਜਿਵੇਂ ਸਕੂਲ 'ਚ ਜਵਾਕਾਂ ਨੂੰ ਬੋਲੀ ਕਰਦੇ ਤਕੜੇ ਜਵਾਕ ਛੋਟੇ ਜਵਾਕਾਂ ਨੂੰ ਤੰਗ ਕਰਦੇ ਆ ਰੈਗਿੰਗ ਕਰਦੇ ਸੀ ਜਿਵੇਂ ਪਹਿਲਾਂ ਉਹ ਬੋਲੀ ਵਾਲਾ ਇਹ ਸਿਸਟਮ ਹੋ ਜਾਂਦਾ ਹੈ ਸਾਰਾ ਤੇ ਉਵੇਂ ਆਪਣੀ ਸਾਈਬਰ ਤੇ ਵੀ ਜਾਂ ਆਪਣੇ ਆਨਲਾਈਨ ਜਾਂ ਇੰਟਰਨੈਟ ਤੇ ਵੀ ਬੁਲੀਇੰਗ ਚਲਦੀ ਹੈ ਇਹ ਸਾਈਬਰ ਬੁਲੀਇੰਗ ਇਹ ਹੈ ਜਿਹੜਾ ਬੰਦਾ ਆਪਾਂ ਨੂੰ ਮਨ ਲਾ ਮੈਂ ਤੇਰੇ ਖਿਲਾਫ ਜਾਂ ਮੇਰੇ ਖਿਲਾਫ ਕੋਈ ਬੰਦਾ ਕਮੈਂਟ ਕਰਦੇ ਜਾਂ ਕਰਦੇ ਉਹਨੂੰ ਗਾਲਾਂ ਦੇਣੀਆਂ ਮਾਵਾ ਭੈਣਾਂ ਦੀਆਂ ਤੇ ਹੋਰ ਬੰਦਾ ਚੰਗਾ ਬੋਲਣਾ ਟੈਮ ਬਨਨ ਦੀ ਕੋਸ਼ਿਸ਼ ਕਰਨਾ ਧਮਕੀਆਂ ਦੇਣੀਆਂ ਇਸ ਦੇ ਕਾਫੀ ਸਿੱਟੇ ਮਾੜੇ ਨਿਕਲਦੇ ਆ ਕਾਫੀ ਨੁਕਸਾਨ ਵੀ ਹੁੰਦੇ ਲੋਕਾਂ ਦੇ ਬਲੋ ਕਾਨੂੰਨ ਕਈ ਪਰੇਸ਼ਾਨੀਆਂ ਤੋਂ ਲੰਘਣਾ ਪੈਂਦਾ ਹੈ ਬੰਦੇ ਕਈ ਤਾਂ ਐਨੇ ਡਿਪਰੈਸ਼ਨ 'ਚ ਹੀ ਆ ਜਾਂਦੇ ਹੈ ਸਾਈਬਰ ਬੁਲੀਇੰਗ ਤੋਂ 당ਗਾ ਕੀ ਤੇ ਉਹ ਕਈ ਵਾਰ ਤਾਂ ਆਤਮ ਹੱਤਿਆ ਤੱਕ ਵੀ ਕਰ ਲੈਂਦੇ ਤੇ ਇਹ ਆਪਾਂ ਨੂੰ ਸੋਚਣਾ ਚਾਹੀਦਾ ਹੈ ਤੇ ਆਪਾਂ ਨੂੰ ਇਹਦੇ ਕਲਾਫ ਆਵਾਜ਼ ਵੀ ਚੱਕਣੀ ਚਾਹੀਦੀ ਏ ਸਾਰਿਆਂ ਨੂੰ ਇਹ ਤਾਂ ਬੇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਸਾਈਬਰ ਬੁਲੀਂਗ ਨੂੰ ਨੂੰ ਵਦਾਵਾ ਹੀ ਮਿਲ ਰਿਹਾ ਹੈ ਅੱਜ ਕੱਲ ਦੇਖਿਆ ਜਾਵੇ ਤਾਂ ਆਪਾਂ ਜਦੋਂ ਫੇਸਬੁੱਕ ਤੇ ਦੇਖ ਲੋ ਤੁਸੀਂ ਜਾਂ ਆਨਲਾਈਨ ਗੇਮਿੰਗ 'ਚ ਵੀ ਚੱਲਦੀ ਹੈ ਹਰੈਸਮੈਂਟ ਟਵਿੱਟਰ ਤੇ ਹੋ ਗਈ ਜਾਂ ਕੋਈ ਵੀ ਸੋਸ਼ਲ ਮੀਡੀਆ ਉਹਨਾਂ ਬਾਕੀ ਕਿਸੇ ਬੰਦੇ ਨੂੰ ਟ੍ਰੋਲ ਕਰੀ ਜਾਂਦੇ ਆ ਬਿਨਾਂ ਗੱਲ ਤੋਂ ਹੀ ਜਾਂ ਤੇ ਉਹ ਚੰਗੀ ਗੱਲ ਨਹੀਂ ਹੈਗੀ ਆਪਣਾ ਮੁੱਦਾ ਤਾਂ ਸਾਈਬਰ ਬੋਲਿੰਗ ਨੂੰ ਰੋਕਣਾ ਹੋਣਾ ਚਾਹੀਦਾ ਹੈ ਜਾਂ ਆਪੋ ਆਪਣੀ ਮੰਨ ਕੇ ਚੱਲੋ ਵੀ ਕੋਈ ਆਪ ਦਾ opinion ਦੇਣਾ ਚਾਹੁੰਦਾ ਹੈ ਸਪੋਰਟ ਕਰੋ ਆਪਣੇ ਕਿਸੇ ਬੰਦੇ ਨਾਲ ਨਹੀਂ ਬਣਦੀ ਜਾਂ ਲੜਾਈ ਹੋਊਗੀ ਕਿਸੇ ਬੰਦੇ ਨਾਲ ਉਹ ਜੀ ਮੇਰੀ ਲੜਾਈ ਹੋਈ ਜੀ ਕਿਸੇ ਨਾਲ ਤੇ ਮੈਂ ਆਪਦਾ ਪੱਖ ਤਾਂ ਰੱਖ ਲਊਗਾ ਤੇ ਦੂਜਾ ਬੰਦਾ ਪੱਖ ਕਿਉਂ ਨਾ ਰੱਖਿਆ ਰੱਖਣ ਦਾ ਹੱਕ ਹੋਣਾ ਚਾਹੀਦਾ ਉਹਨੂੰ ਫਿਰ ਆਪਾਂ ਉਹਨੂੰ ਗਾਲਾਂ ਕਿਉਂ ਕੱਢੀ ਕਿਉਂ ਉਹਨੂੰ ਮਾੜਾ ਚੰਗਾ ਬੋਲੀਏ ਜਿੰਨਾ ਕ ਆਪਣਾ ਹੱਕ ਹੈਗਾ ਉਹਨਾਂ ਕੋ ਦੂਜੇ ਨੂੰ ਵੀ ਤਾਂ ਹੱਕ ਦੇਣਾ ਚਾਹੀਦਾ ਹੈ ਨਾ ਸਾਈਬਰ ਬੋਲੀਂਗਾ ਇਹ ਆਪਣੀ ਇੱਕ ਰਵਾਇਤੀ ਗੁੰਡਾਗਰਦੀ ਹੈ ਮਾਲੋ ਜਿਵੇਂ ਆਪਾਂ ਨੇ ਆਮ ਫਿਲਮਾਂ 'ਚ ਦੇਖਿਆ ਹੋਊਗਾ ਗੁੰਡੇ ਤੁਰੇ ਫਿਰਦੇ ਵੀ ਇੱਕ ਜਿਹੜੇ ਮਾਰੇ ਚਾਰ ਚਪੇੜਾ ਮਾਰਤੀਆਂ ਜਿਹਦੇ ਜੀ ਕੀਤਾ ਤੇ ਸਮਾਨ ਖੋਲਿਆ ਹਫਤਾ ਲੈ ਲਿਆ ਉਹ ਵੀ ਇਹ ਇਹ ਵੀ ਗੁੰਡਾਗਰਦੀ ਹੈ ਸਾਈਬਰ ਜਿਹੜੇ ਸਾਈਬਰ ਬੋਲਿੰਗ ਆ ਲਗਾ ਕਮੇ ਜਿਹਨੂੰ ਜੀ ਕਦਾ ਚਾਰ ਗਾਲਾਂ ਕੱਢਦੇ ਜਿਹਨੂੰ ਜੀ ਕਦਾ ਕਿਸੇ ਦੀ ਫੋਟੋ ਐਡਿਟ ਕਰਕੇ ਪਾਤੀ ਜਿਹਦਾ ਜੀ ਕੀਤਾ ਤੇ ਮਾਵਾ ਬਣਾ ਲਈ ਗਾਲਾਂ ਕੱਢਦੇ ਜਿਹਨੂੰ ਜੀ ਕੀਤਾ ਧਮਕੀਆਂ ਦੇਤੀਆਂ ਵਿਆ ਆ ਜਾ ਆ ਵਿਚਾਰ ਬੰਦੇ ਰਲ ਕੇ ਉਸਦੇ ਕਮੈਂਟਾਂ ਤੇ ਕਮੈਂਟ ਤੇ ਕਮੈਂਟਾਂ ਤੇ ਕਮੈਂਟ ਮਾਰੀ ਗਏ ਮਾੜਾ ਚੰਗਾ ਬੋਲੀ ਗਏ ਉਸ ਨੂੰ ਤੇ ਇਸ ਦੇ ਇੱਕ ਰਿਸਰਚ ਦੇ ਅਨੁਸਾਰ ਜਿਹੜੀ ਕਈ ਹਾਈ ਪ੍ਰੋਫਾਈਲ ਵੀ ਜਿਹੜੀਆਂ ਆਤਮ ਹੱਤਿਆਵਾਂ ਹੋਈਆਂ ਉਹ ਕਿਤੇ ਸਿੱਧੇ ਨਾਲ ਸਿੱਧੇ ਤੌਰ ਤੇ ਤਾਂ ਨਾ ਆਪਣੀ ਸਾਈਬਰ ਬੋਲਿੰਗ ਨਾਲ ਹੀ ਪ੍ਰਭਾਵਿਤ ਸੀਗੀਆਂ ਤੇ ਖਾਸ ਕਰਕੇ ਜਿਹੜੇ ਆਪਣੇ ਟੀਨੇਜ ਜਵਾਕ ਹੈ ਤੇ ਉਹਨਾਂ ਨੂੰ ਵੀ ਕਾਫੀ ਪ੍ਰਭਾਵਿਤ ਕਰਦੀਆਂ ਇਹ ਕਿਉਂਕਿ ਜਵਾਕਾਂ ਨੂੰ ਇੰਨਾ ਜ਼ਿਆਦਾ ਪਤਾ ਹੁੰਦਾ ਨਹੀਂ ਉਹ ਆਨਲਾਈਨ ਜਾਂ ਆਨਲਾਈਨ ਗੇਮਿੰਗ 'ਚ ਬਹੁਤ ਹੈਰੈਸਮੈਂਟ ਹੁੰਦੀ ਹੈ ਉਥੋਂ ਜਾਂ ਸਕੂਲ 'ਚ ਜਾਂ ਆਨਲਾਈਨ ਮਾਲਾ ਗਰੁੱਪ ਬਣੇ ਹੁੰਦੇ ਆ ਉਹਨਾਂ ਦੇ ਉਥੋਂ ਕਾਫੀ ਪ੍ਰਭਾਵਿਤ ਹੋ ਕੇ ਡਿਪਰੈਸ਼ਨ ਚਲੇ ਜਾਂਦੇ ਕਈ ਵਾਰੀ ਮਾਨਸਿਕ ਸੰਤੁਲਨ ਵੀ ਉਹਨਾਂ ਦਾ ਵਿਗੜ ਜਾਂਦਾ ਹੈ ਕਈ ਵਾਰੀ ਵਹਾਤਮ ਹੱਤਿਆ ਵੀ ਕਰ ਲੈਂਦੀ ਹੈ ਆਪਸਾਈ ਬੁਲੀਇੰਗ ਵਾਇਡ ਵੀ ਸ ਕਰ ਸਕਦੇ ਆ ਉਸ ਤੋਂ ਪਾਸਾ ਵਟ ਸਕਦੇ ਆ ਉਹਨਾਂ ਨਾਲ ਡੀਲ ਕਿਵੇਂ ਕਰਨੀ ਚਾਹੀਦੀ ਹੈ ਇਸ ਵਾਸਤੇ ਕੋਈ ਰੂਲ ਹੈਗੇ ਆਚਾਰ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਮੰਨ ਕੇ ਚਲੋ ਮੰਨ ਕੇ ਚਲੋ ਜੇ ਕੋਈ ਆਪਾਂ ਨੂੰ ਮਾੜਾ ਕਮੈਂਟ ਕਰਦਾ ਜਾਂ ਮਾੜਾ ਮੈਸੇਜ ਕਰਦਾ ਹੈ ਤੇ ਉਸ ਨੂੰ ਉਸ ਨੂੰ ਰਿਪਲਾਈ ਨਾ ਕਰੋ ਨਾ ਉਹਨੂੰ ਜਵਾਬ ਦਿਓ ਨਾ ਕੁਝ ਕਰੋ ਬਸ ਠੀਕ ਹੈ ਪਿਆ ਪਿਆ ਮਤਲਬ ਹੀ ਨਹੀਂ ਉਸਾਸੀ ਨੋਰ ਕਰ ਦੋ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਤੇ ਜੇ ਮੰਨ ਕੇ ਚਲੋ ਕੋਈ ਆਪਾਂ ਨੂੰ ਰੁੱਖੇ ਮੈਸੇਜ ਆ ਟਿੱਪਣੀਆਂ ਕਰਦਾ ਆਪਣੇ ਤੇ ਜਾਂ ਕਮੈਂਟ ਕਰਦਾ ਤੇ ਉਹਨੂੰ ਕੋਸ਼ਿਸ਼ ਕਰੋ ਕਿ ਉਹਨੂੰ ਨਿੱਜੀ ਤੌਰ ਤੇ ਨਾ ਲਿਆ ਜਾਵੇ ਲੇਕਿਨ ਇਹ ਹਾਰਡ ਹੈ ਮੈਂ ਨਹੀਂ ਕਹਿੰਦਾ ਵੀ ਆਪਾਂ ਵੀ ਨਾ ਹੀ ਲਈਏ ਪਰ ਟਰਾਈ ਕਰਨੀ ਚਾਹੀਦੀ ਹੈ ਆਪਾਂ ਨੂੰ ਕਿ ਉਹਨਾਂ ਨੂੰ ਆਪਣੇਜੀ ਤੌਰ ਤੇ ਨਾ ਲਈਏ ਤੇ ਬਸ ਠੀਕ ਹੈ ਪਏ ਪਏ ਬਸ ਇਗਨੋਰ ਕਰਨੀ ਸਭ ਤੋਂ ਵੱਡੀ ਗੱਲ ਹੈ ਇਗਨੋਰ ਕਰੀਏ ਆਪਾਂ ਤੇ ਇੱਕ ਹੋਰ ਵੀ ਰੂਲ ਦੇਖਿਆ ਸੀ ਮੈਂ ਕਿ ਇੱਕ 30 ਸੈਕਿੰਡ 30 ਸੈਕਿੰਡ ਦਾ ਰੂਲ ਹੁੰਦਾ ਹੈ ਮੰਨ ਲਓ ਕੋਈ ਆਪਾਂ ਕਿਸੇ ਨੂੰ ਕੋਈ ਕਮੈਂਟ ਲਿਖਣ ਲੱਗੇ ਆ ਕਿਸੇ ਵਾਸਤੇ ਮਾੜਾ ਚੰਗਾ ਉਸ ਤੋਂ ਆਪਣੇ ਉਸ ਕੰਪਿਊਟਰ ਤੋਂ ਜਾਂ ਆਪਣੇ ਮੋਬਾਈਲ ਦੀ ਸਕਰੀਨ ਤੋਂ ਥੀਸੇਨ ਪਰ ਹਟ ਕੇ ਸੋਚੀਏ ਵੀ ਜਿਹੜਾ ਇਹ ਮੈਂ ਲਿਖਣ ਲੱਗਿਆ ਜੇ ਇਹ ਇਹੀ ਮੇਰੇ ਤੇ ਲਿਖਿਆ ਜਾਊ ਤਾਂ ਮੈਨੂੰ ਕਿਵੇਂ ਮਹਿਸੂਸ ਹੋਊਗਾ ਜਾਨੀ ਕਿ ਆਪਾਂ ਨੂੰ ਉਸ ਨੂੰ ਆਪ ਦੇ ਆਪ ਨੂੰ ਉਸ ਬੰਦੇ ਦੀ ਥਾਂ ਤੇ ਰੱਖ ਕੇ ਦੇਖ ਲੈਣਾ ਚਾਹੀਦਾ ਹੈ ਕਿ ਭਈ ਆ ਇਹ ਮੈਂ ਕਿਵੇਂ ਫੀਲ ਕਰੂੰਗਾ ਉਵੇਂ ਹੀ ਉਹ ਬੰਦਾ ਫੀਲ ਕਰੂਗਾ ਐਸ ਕਰਕੇ 30 ਸੈਕਿੰਡ ਦਾ ਰੂਲ ਕਹਿੰਦੇ ਆ ਵੀ ਜਦੋਂ ਵੀ ਆਪਾਂ ਕਿਸੇ ਨੂੰ ਮਾੜਾ ਚੰਗਾ ਕਮੈਂਟ ਲਿਖਣ ਲਿਆ ਉਹ ਸੋਚਣਾ ਚਾਹੀਦਾ ਆਪਦੇ ਆਪ ਨੂੰ ਉੱਥੇ ਦੇਖ ਦੇਖਣਾ ਚਾਹੀਦਾ ਹੈ ਬਈ ਮੈਨੂੰ ਕਿਵੇਂ ਲੱਗਦਾ ਤੇ ਉਹਨੂੰ ਕਿਵੇਂ ਲੱਗਦਾ ਤੇ ਵਾਰੀ-ਵਾਰੀ ਉਹਨਾਂ ਕਮੈਂਟਾਂ ਨੂੰ ਨਾ ਪੜੋ ਜਿੰਨਾ ਚਾਪਾ ਨੂੰ ਗਾਲ੍ਹਾਂ ਕੱਢੀਆਂ ਮਾਵਾ ਭੈਣਾਾਂ ਦੀਆਂ ਜੋ ਕੋਈ ਵੀ ਹੈ ਟਰਾਈ ਕਰੀਏ ਉਹਨੂੰ ਵਾਰੀ-ਵਾਰੀ ਨਾ ਪੜੀਏ ਪਹਿਲੀ ਮੈਂ ਤਾਂ ਪਰਸਨਲੀ رائے ਦੇਵਾਂਗਾ ਕਿ ਆਪਾਂ ਨਾ ਹੀ ਪੜੀਏ ਮਾੜੇ ਕਮੈਂਟ ਜੀ ਆਪਣਾ ਚੈਨਲ ਜਿੰਨਾ ਪੜਾਗੇ ਉਹਨਾਂ ਜਿਆਦਾ ਦੁਖੀ ਹੋਵਾਂਗੇ ਨਾ ਜਿਆਦਾ ਕਰਾਂਗੇ ਤੇ ਮੈਂ ਜੇ ਤੁਹਾਨੂੰ ਆਪਾਂ ਨੂੰ ਕੋਈ ਜਿਆਦਾ ਹੀ ਤੰਗ ਕਰਦਾ ਉਸ ਦੇ ਆਪਾਂ ਸਕਰੀਨਸ਼ਾਟ ਲੈ ਸਕਦੇ ਆ ਉਸ ਸਕਰੀਨਸ਼ਾਟ ਲੈ ਕੇ ਉਸ ਤੋਂ ਬਾਅਦ ਉਹ ਆਪਾਂ ਐਸੇ ਪ੍ਰੂਫ ਰੱਖ ਸਕਦੇ ਆ ਆਪਾਂ ਉਸ ਵੈਬਸਾਈਟ ਨੂੰ ਭੇਜ ਸਕਦੇ ਆ ਵੀ ਐਸ ਬੰਦੇ ਨੇ ਮੈਨੂੰ ਗਾਲਾਂ ਕੱਢੀਆਂ ਜਾਂ ਮਾੜਾ ਚੰਗਾ ਬੋਲਿਆ ਜਾਂ ਕੁਝ ਵੀ ਹੈ ਤੇ ਦੂਜਾ ਉਸ ਬੰਦੇ ਨੂੰ ਬਲੌਕ ਕਰ ਸਕਦੇ ਆ ਆਪ ਦਾ ਬਲੌਕ ਕਰ ਦਿਓ ਨਾ ਉਹ ਬੰਦਾ ਨਾ ਰਹੂਗਾ ਆਪਾਂ ਵਾਸਤੇ ਨਾ ਵੱਜੂਗੀ ਬਾਂਸਰੀ ਉਸ ਜੀ ਨੂੰ ਬਸ ਆਪ ਦਾ ਟਰਾਈ ਕਰੋ ਕਿ ਨਾ ਹੀ ਖਬਜੀਏ ਕਿਸੇ ਨਾਲ ਤੇ ਆਪ ਦਾ ਮਾਨਸਿਕ ਸ਼ਾਂਤੀ ਰਹੂਗੀ ਆਪਾਂ ਕਿਸੇ ਆਪਣੇ ਦੋਸਤ ਨੂੰ ਦੱਸ ਸਕਦੇ ਆ ਕੋਈ ਬੰਦਾ ਹੈ ਜਿਹੜੇ ਬੰਦੇ ਨੇ ਸਾਈਬਰ ਬੁਲੀਂਗ ਨਾਲ ਡੀਲ ਕੀਤੀ ਹੁੰਦੀ ਹੈ ਉਹ ਆਪਣੀ ਹੈਲਪ ਕਰ ਸਕਦਾ ਐ ਤੁਸੀਂ ਤਾਂ ਵੀ ਕਿਵੇਂ ਡੀਲ ਕਰੀਏ ਉਹਦੇ ਨਾਲ ਤੇ ਜਾਂ ਫਿਰ ਆਪਾਂ ਬ੍ਰੇਕ ਲੈ ਸਕਦੇ ਆ ਥੋੜਾ ਸੋਸ਼ਲ ਮੀਡੀਆ ਤੋਂ ਥੋੜਾ ਰਿਲੈਕਸ ਹੋ ਜਾਂਦੀ ਹੈ ਜ਼ਿੰਦਗੀ ਲਾਈਫ ਸਹੀ ਹੋ ਜਾਂਦੀ ਹੈ ਉਹਨਾਂ ਸਾਰੇ ਜਿਹੜੇ ਆਪਣੇ ਮਾਨਸਿਕ ਤਣਾਅ ਹੈ ਜਾਂ ਮਾਨਸਿਕ ਦਬਾਅ ਹੈ ਉਹ ਆਪਾਂ ਥੋੜਾ ਜਿਹਾ ਰਿਲੈਕਸ ਹੋ ਜਾਂਦਾ ਬੰਦਾ ਸਾਈਬਰ ਗੋਲਿੰਗ ਤੋਂ ਆ ਵੀ ਇਹ ਆਪਣਾ ਬਹੁਤ ਚੰਗਾ ਕਾਰਗਰ ਹੋ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਆਪਦੀ ਮਾਨਸਿਕ ਜਿਹੜੀ ਹੈਲਥ ਹੈ ਉਹਨੂੰ ਸੰਭਾਲ ਕੇ ਰੱਖੋ ਉਹਦੀ ਸੰਭਾਲ ਕਰੋ ਪੂਰੀ ਜਿੰਨਾ ਚਿਰ ਆਪਣਾ ਮਾਨਸਿਕ ਹੈਲਥ ਨੂੰ ਆਪਾਂ ਨਹੀਂ ਰੱਖਾਂਗੇ ਸੰਭਾਲਾਂਗੇ ਨਹੀਂ ਸੰਭਾਲਾਂਗੇ ਨਹੀਂ ਤਾਂ ਉਹ ਨਾ ਹੀ ਹੋਣਾ ਚਾਹੀਦਾ ਆਪਣਾ ਮਾਨਸਿਕ ਤੌਰ ਤੇ ਤਕੜੇ ਹੋਣਾ ਪੈਣਾ ਤੇ ਮੈਂ ਹਾਂ ਆ ਵੀ ਕਹਿਣਾ ਚਾਹੁੰਗਾ ਕਿ ਆਪਾਂ ਸਾਰਿਆਂ ਵਾਸਤੇ ਚੰਗਾ ਹੀ ਸੋਚੀਏ ਨਾ ਕਿਸੇ ਨੂੰ ਮਾੜਾ ਚੰਗਾ ਬੋਲੀਏ ਨਾ ਕਿਸੇ ਨੂੰ ਗਾਲਾਂ ਮੰਦਾ ਕੱਢੀਏ ਨਾ ਕੁਝ ਕਰੀਏ ਨਾ ਆਪਾਂ ਕਿਸੇ ਤੇ ਹਾਵੀ ਹੋਈਏ ਹਰ ਕਿਸੇ ਨੂੰ ਹੱਕ ਹੈ ਬੋਲਣ ਦਾ ਹਰ ਕਿਸੇ ਨੂੰ ਹੱਕ ਹੈ ਆਪਣਾ ਪੱਖ ਰੱਖਣ ਦਾ ਜੇ ਤੁਸੀਂ ਵੀ ਹੱਕ ਦੇਣ ਦੇ ਹੱਕ ਚਾਹੇਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਚ ਇੰਨਾ ਹੀ ਅਗਲੀ ਵਾਰੀ ਕੋਈ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਾਂ ਦੋ ਤੱਕ ਲਈ ਖੁਸ਼ ਰਹੋ ਆਬਾਦ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ